ਸਤਿਕਾਲ ਜੀ ਜੀ ਕਿੱਦਾਂ ਸਾਰੇ ਅੱਡਾ ਜੀ ਕਾਮਗੜੀਆ ਬਲੌਗ 'ਚ ਸਵਾਗਤ ਹੈ ਜੀ। ਵੈਦਰ ਖਰਾਬ ਹੈ ਜੀ, ਥੋੜ੍ਹਾ ਠੰਡਾ ਲਾ ਫੀਲ ਲੈ ਲਈਏ। ਆਪਾਂ ਅੱਜ ਪਹੁੰਚੇ ਜੀ ਕਾਨਪੁਰ। ਸੋ ਸਾਰਿਆਂ ਨੂੰ ਹੈਪੀ ਨਿਊ ਈਅਰ। ਨਿਊ ਈਅਰ ਦਾ ਪਹਿਲਾ ਬਲੌਗ ਆ। ਤੁਸੀਂ ਮੇਰੇ ਵੀਰ ਭਰਾ ਸਾਰੇ ਬਹੁਤ ਵਧੀਆ ਸਪੋਰਟ ਕਰਦੇ ਆ। ਕੁਛ ਸਾਡੇ ਬੰਦਿਆਂ ਨੇ ਡਿਮਾਂਡ ਕੀਤੀ ਸੀ ਵੀ ਪ੍ਰੈਸ਼ਰ ਹੋਰਨ ਬਲਬ ਹੋਰਨ ਬਾਰੇ ਨੌਲੇਜ ਦਿੱਤੀ ਜਾਵੇ, ਤਾਂ ਅੱਜ ਕਰਦੇ ਹਾਂ ਜੀ ਉਹਦੇ 'ਤੇ ਗੱਲਬਾਤ। ਸਮਝਾਉਂਦੇ ਹਾਂ ਸਾਰੀ ਗੇਮ ਤੁਹਾਨੂੰ ਕਿਵੇਂ ਕਿਵੇਂ ਹੁੰਦੀ ਆ ਗੱਲਬਾਤ। ਛੇਤੀ ਛੇਤੀ ਚੈਨਲ ਸਬਸਕ੍ਰਾਈਬ ਸ਼ੇਅਰ ਸਾਰਾ ਕੁਛ ਕਰ ਦਿਓ ਜੀ। ਮਿਲਦੇ ਹਾਂ ਜੀ। ਫਸਟ ਟਾਈਮ ਜੀ ਪ੍ਰੈਸ਼ਰ ਆਉਣ ਦਾ ਇੱਦਾਂ ਜਿੱਦਾਂ ਵੀ ਕੁਛ ਬੰਦੇ ਜਿਹਨੇ ਟਰੱਕਾਂ 'ਤੇ ਲਵਾਉਣਾ ਜਾਂ ਕੁਛ ਵੀ ਜਿਹਨਾਂ 'ਤੇ ਜਿੱਦਾਂ ਲਾ ਲਓ ਸਕੂਲ ਬੱਸ ਜਾਂ ਹੋ ਗਈ ਛੇ ਟੈਰੀ ਜਾਂ ਕੁਛ ਵੀ ਜਿਹਨਾਂ ਟੈਂਕੀ ਪ੍ਰੈਸ਼ਰ ਬ੍ਰੇਕਾਂ ਹਨ, ਉਹਨਾਂ ਦਾ ਤਾਂ ਖਰਚਾ ਹੈਗਾ ਸਾਰੇ 4000 ਰੁਪਈਆ। ਜਿਹੜੇ ਹੁਣ ਵੀ ਸਾਡੇ ਅਰਗੇ ਜਗਾੜੀ ਰੀਸੀ ਕਰਨਾ ਕੰਮ ਨੋਵਾ ਵਗੈਰਾ ਟੈਂਪੂ ਟਰੈਵਲ 'ਤੇ ਇਹਨਾਂ 'ਤੇ ਲਾਉਣਾ ਵਿਦਆਊਟ ਪ੍ਰੈਸ਼ਰ ਵਾਲੀਆਂ 'ਤੇ, ਉਹਦਾ ਖਰਚਾ ਹੈਗਾ 15000 ਰੁਪਈਆ। ਠੀਕ ਹੈ, ਮੇਤੋਂ ਸਮਾਨ ਪਿਆ ਸੀ। ਸੋ ਮੈਂ ਇਹਦਾ ਪਿੰਡ ਆਪ ਹੀ ਬਿਲਡ ਬੁਣ ਕਰਕੇ ਆਪ ਹੀ ਫਿੱਟ ਕਰ ਲਿਆ, ਬਸ ਫਿਟਿੰਗ ਮਾੜੀ ਜਿਹੀ ਕਨੈਕਸ਼ਨ ਕਰਾਉਣੇ ਪਏ ਅਤੇ ਆਪਣਾ ਕੰਮ ਰੈਡੀ। ਉੱਦਾਂ 15000 16000 ਰੁਪਈਆ ਲੈਂਦਾ ਮੁੰਡਾ ਮੋਗੇ ਲਾਉਂਦਾ। ਉਹਦਾ ਨੰਬਰ ਵੀ ਮੈਂ ਪਾ ਦੂੰਗਾ ਡਿਸਕ੍ਰਿਪਸ਼ਨ 'ਚ, ਸਾਰਾ ਕੁਛ ਤੁਹਾਨੂੰ ਦੱਸ ਦੂੰਗਾ। ਬਾਕੀ ਇਹਨਾਂ ਦੇ ਵਿੱਚ ਜਿਹੜੀਆਂ ਟਿਊਨਾਂ 100 ਟਿਊਨਾਂ ਵੀ ਆ ਗਈਆਂ, ਕਈ ਟਿਊਨਾਂ ਉਹਦਾ ਜ਼ਿਆਦਾ ਵਧੀਆ ਪਾਕਿਸਤਾਨੀ ਜਿਹੜੇ ਅੰਬਰਸਰ ਬਣਦੇ ਕਰਮਨ ਦੇ ਉਹ ਆ। ਹੁਣ ਇੱਦਾਂ ਜਾਣੀ ਸਾਰੀ ਫਿਟਿੰਗ ਫੁਟਿੰਗ ਕਰਕੇ ਐਵੇਂ ਲਾਤੀ ਡੱਬੀ। ਇਹ ਮੇਰੇ 2 ਬਟਨ ਘੱਟ ਆ, ਉੱਦਾਂ 10 ਬਟਨਾਂ ਵਾਲੀ ਹੁੰਦੀਆਂ, 40 ਟਿਊਨਾਂ ਹੁੰਦੀਆਂ ਜਾਣੀ। ਇਹ ਨਵੀਂ ਡੱਬੀ ਹੈ ਇਲੈਕਟ੍ਰੋਨਿਕ ਸੋਰਸ ਦੀ, ਇਹਦੇ ਆ ਯੈਲੋ ਬਟਨ, ਇੱਦਾਂ ਟਿਊਨ ਚੇਂਜ ਕਰਦਾ। ਆ ਬਾਕੀ ਟਿਊਨਾਂ ਜਦੋਂ ਟਿਊਨ ਤੁਸੀਂ ਬਦਲਣੀਆਂ ਤਾਂ ਹੋਰ ਬਦਲਣੀਆਂ ਗਾਣੀ ਲਾਉਣੇ ਪਏ, ਬਦਲਦੇ ਹੋ ਜਿੰਨੀ ਵਾਰੀ ਬਦਲਣਾ ਉੰਨੀ ਵਾਰੀ ਟਿਊਨਾਂ ਚੇਂਜ ਹੋਣੀਆਂ। ਉੱਦਾਂ ਵੱਜਦਾ ਦੀ ਸਾਰੇ ਵੱਜਦੇ ਗਾਣੇ, ਹੋਲੀ ਬਾਟ 'ਤੇ ਤੁਹਾਨੂੰ ਵਜਾ ਕੇ ਦਿਖਾਉਂਦੇ ਹਾਂ। ਇਸ ਟਾਈਮ ਆਪਣੀਆਂ ਦੂਜੀਆਂ ਗੱਡੀਆਂ ਆਉਂਦੀਆਂ ਉਹਦਾ ਦਿਖਾ ਦਿੰਦਾ ਮੈਂ। ਤਾਂ ਆਹ ਸ਼ਾਫਟ 'ਤੇ ਉਹਦੀ ਚੜੀ ਹੈ ਬੈਲਟ, ਅੱਗੇ ਉਹ ਬੈਲਟ ਉਹ ਚੱਲਦਾ ਜਗਾੜ, ਇਹ ਹਵਾ ਭਰਦਾ, ਉੱਧਰ ਟੈਂਕੀ ਲੱਗੀ ਆ। ਠੀਕ ਹੈ ਜੀ, ਅਤੇ ਬਾਕੀ ਸਾਰੀ ਵਾਇਰਿੰਗ ਇੱਦਾਂ ਹਵਾ ਭਰਨ ਦਾ ਜਗਾੜ ਕਰਨਾ ਪੈਂਦਾ। ਬਸ ਹੋਰਨ 'ਤੇ ਆ ਰਿਹਾ ਪ੍ਰੈਸ਼ਰ, ਸਾਰਾ ਕੁਛ ਹੋਰ ਦਿਖਾਉਂਦਾ। ਪ੍ਰੈਸ਼ਰ ਮੀਟਰ ਲੱਗ ਜਾਂਦਾ, ਆਹ ਲੱਗਾ ਮੀਟਰ। ਠੀਕ ਹੈ, ਆਹ ਹੋਰਨ ਭਰਨ ਦਾ, ਹਵਾ ਭਰਨ ਦਾ ਸਿਸਟਮ ਇਹਦੇ ਵਿੱਚ। ਇਹ ਇੱਦਾਂ ਜਿੱਦਾਂ ਸਮਾਨ ਮੈਂ ਜਦ ਮੋਗੇ ਵਾਲੇ ਦਾ ਲਵਾ ਕੇ ਲਿਆਇਆ ਸੀ, ਉਹਨੇ ਸਾਰਾ ਕੁਛ ਵਧੀਆ ਲਾਇਆ। ਨਵੀਂ ਸਾਈਕਲ ਆਈ 1300 ਰੁਪਏ ਦੀ, ਇੱਕ ਸਾਈਕਲ ਲਿਆਂਦੀ। ਉਹਦੇ 'ਚ ਇੱਦਾਂ ਜਦੋਂ ਹਵਾ ਵੱਧ ਘੱਟ ਭਰਦੀ ਹੈ ਉਹਨੇ ਨਾ ਬੰਦ ਕਰ ਦੇਣੀ ਹਵਾ ਨਹੀਂ ਭਰਨੀ, ਪ੍ਰੈਸ਼ਰ ਚੱਲੀ ਜਾਂਦਾ ਜਾਂ ਕੁਛ ਵੀ। ਬਸ ਟੈਂਕੀ ਟੂੰਕੀ ਫਟਣ ਦਾ ਖਤਰਾ, ਕਈ ਵੱਧੀ ਜੀ ਵੀ ਬੰਦੇ ਇੱਦਾਂ ਵਾ ਕਰ ਦੋ ਲਾ, ਇਹਦਾ ਕੀ ਫਾਇਦਾ, ਟੈਂਕੀ ਫਟ ਗਈ ਨੁਕਸਾਨ ਹੈ। ਇੱਦਾਂ ਦਾ ਕੋਈ ਚੱਕਰ ਨਹੀਂ, ਟਰੱਕਾਂ ਨੂੰ ਟੈਂਕੀਆਂ ਆਉਂਦੀਆਂ ਹੀ ਆ, ਕਿੰਨੀਆਂ ਕੁ ਫਟਦੀਆਂ। ਪਰ ਅੱਜ ਕੱਲ੍ਹ ਉੱਦਾਂ ਸੀ ਐਨ ਜੀ ਫਟ ਰਹੀ ਆ, ਮੈਂ ਵੀ ਦਿੱਲੀ ਆਉਂਦਾ ਦੇਖਿਆ ਮਾਲ ਲੱਦਿਆ ਛੋਟੇ ਹੱਥੀ ਆ, ਇਹਦੇ ਵਿੱਚ ਸਣੇ ਮਾਲ ਅੱਗ ਲੱਗ ਗਈ ਸੀ ਐਨ ਜੀ ਨੂੰ, ਨਾ ਕੋਈ ਭਜਾਉਣ ਵਾਲਾ, ਗੱਡੀ 'ਚ ਉੱਤਰ ਗਿਆ ਅਗਲੇ ਵਾਰ ਅਗਲੇ ਉੱਤਰ ਕੇ ਖੜ੍ਹੇ ਆ। ਬਹੁਤ ਰਿਸਕ ਸੀ ਐਨ ਜੀ ਦੀ ਗੱਡੀ 'ਚ ਸਫ਼ਰ ਕਰਨਾ, ਤਾਂ ਬੰਬ ਬੰਨ੍ਹ ਕੇ ਫਿਰਨ ਵਾਲਾ ਹਾਲ ਆ। ਡੀਜ਼ਲ ਵਧੀਆ ਭਾਅ, ਮਹਿੰਗਾ ਹੀ ਚੱਲੂ। ਜਿੱਦਾਂ ਤੁਸੀਂ ਸੁਣੀਆਂ ਟਿਊਨਾਂ, ਆਹ ਦੇਖੋ ਇੱਥੋਂ ਚੇਂਜ ਹੋਣੀਆਂ।
ਆਪਣੇ ਹੀ ਇਹਦਾ ਨਾ ਜੰਮੂ ਵਾਲੇ ਹੁੰਦੇ ਦੇ ਟਰੱਕਾਂ ਦੇ ਲੱਗੀਆਂ ਹੋਈਆਂ ਜੱਟ ਜਮਲਾ ਪਗਲਾ ਦੀਵਾਨਾ ਅਗਰ ਤੂੰ ਮਿਲ ਜਾਓ ਜਮਾਨਾ ਛੋੜ ਦਿੰਦੀ ਇਹ ਜ਼ਿਆਦਾ ਚਲਾਉਂਦੇ ਹੋ ਆਪਣੇ ਵਾਲੇ ਛੋਟੀਆਂ ਚਲਾਉਂਦੇ ਘਰ ਮੰਦੇ ਟਿਊਨਾਂ ਜੇ ਕਦੇ ਵੀਰ ਭਾਈ ਨੂੰ ਚਾਹੀਦੇ ਹੋਏ ਦੱਸ ਦਿਓ ਬਈ ਭਾਈ ਕੋਰੀਅਰ ਭੇਜ ਦਿਆਂਗੇ ਕਰੋ ਸ਼ੇਅਰ ਸਾਰੇ ਜਣੇ ਦੱਬ ਕੇ ਰਿਪੋਰਟ ਸਬਸਕ੍ਰਾਈਬ ਕਰੋ ਜੀ ਪਹਿਲਾਂ ਨਾ ਸ਼ੇਅਰ ਕਰਿਓ ਵੋਲਵੋ ਵਾਲੇ ਹੋਰਨਾਂ ਦੀ ਤਾਂ ਧੱਕੇ ਹੀ ਕੱਢਦੇ ਹਾਂਗੇ ਉਹਦੀ ਕਿਹੜੀ ਗੱਲ ਆ ਬਸ ਤੁਸੀਂ ਸਪੋਰਟ ਜਾਰੀ ਰੱਖਿਓ ਤੋ ਮਿਲਦੇ ਹਾਂ ਜੀ ਥੈਂਕ ਯੂ ਰੱਬ ਰੱਖਾਂ